ਬਜ਼ੁਰਗ ਪਤੀ ਪਤਨੀ ਨਾਲ ਹੋਈ ਲੁੱਟ, ਪਰਸ ਖੋ ਕੇ ਰਫੂ ਚੱਕਰ ਹੋਇਆ ਲੁਟੇਰਾ। ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟ ਖੋ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਬਜ਼ੁਰਗ ਪਤੀ ਪਤਨੀ ਸਕੂਟੀ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀ ਅਤੇ ਰਾਹ 'ਚ ਇੱਕ ਨੌਜਵਾਨ ਤੇਜ਼ ਰਫ਼ਤਾਰ 'ਚ ਆਪਣੀ ਬਾਈਕ 'ਤੇ ਆਉਂਦਾ ਹੈ ਅਤੇ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਜਾਂਦਾ। ਹਾਲਾਂਕਿ ਉਹ ਇਲਾਕਾ ਕਾਫ਼ੀ ਚਹਿਲ ਪਹਿਲ ਵਾਲਾ ਦੱਸਿਆ ਜਾ ਰਿਹਾ, ਜਿੱਥੇ ਕਿ ਇੱਕ ਪਾਰਕ ਵੀ ਹੈ ਅਤੇ ਉਸ ਪਾਰਕ 'ਚ ਅਕਸਰ ਲੋਕ ਸੈਰ ਕਰਨ ਆਉਂਦੇ ਨੇ। ਪਰ ਕਹਿ ਸਕਦੇ ਹਾਂ ਕਿ ਇੰਨੇ ਚਹਿਲ ਪਹਿਲ ਵਾਲੇ ਇਲਾਕੇ ਦੇ ਵਿੱਚ ਉਸ ਨੌਜਵਾਨ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਹ ਦੋਹੇ ਬਜ਼ੁਰਗ ਪਤੀ ਪਤਨੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ ਅਤੇ ਰਾਹ 'ਚ ਉਹਨਾਂ ਨੇ ਦੇਖਿਆ ਕਿ ਸੀਵਰੇਜ ਦੇ ਮੇਨ ਹੋਲ ਦਾ ਢੱਕਣ ਖੁੱਲ੍ਹਿਆ ਪਿਆ ਅਤੇ ਉਹਨਾਂ ਨੇ ਆਪਣੀ ਸਕੂਟੀ ਦੀ ਰਫ਼ਤਾਰ ਧੀਮੀ ਕਰ ਦਿੱਤੀ। ਉਸੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਹ ਨੌਜਵਾਨ ਬਾਈਕ 'ਤੇ ਆਉਂਦਾ ਹੈ ਅਤੇ ਮਹਿਲਾ ਦੇ ਕੋਲੋਂ ਉਸਦਾ ਪਰਸ ਖੋ ਕੇ ਫਰਾਰ ਹੋ ਜਾਂਦਾ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਪਰਸ ਦੇ ਵਿੱਚ ਮਹਿਲਾ ਦਾ ਮੋਬਾਈਲ ਸੀ ਅਤੇ ਕੁਝ ਨਗਦੀ ਵੀ ਪਈ ਹੋਈ ਸੀ, ਪਰ ਉੱਥੇ ਹੀ ਬਚਾਅ ਇਹ ਰਿਹਾ ਕਿ ਸੀਵਰੇਜ ਦੇ ਮੇਨ ਹੋਲ ਦੇ ਵਿੱਚ ਡਿੱਗਣ ਤੋਂ ਉਸ ਪਤੀ ਪਤਨੀ ਦਾ ਬਚਾਅ ਰਿਹਾ। ਪਰ ਉੱਥੇ ਹੀ ਬਜ਼ੁਰਗ ਮਹਿਲਾ ਦਾ ਇਹੀ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਇਹ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਪਿੱਛੋਂ ਆ ਰਹੇ ਦੋ ਨੌਜਵਾਨ ਸਾਡੇ ਕੋਲ ਰੁਕੇ ਅਤੇ ਉਹਨਾਂ ਨੇ ਵੀ ਉਸ ਲੁਟੇਰੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ, ਪਰ ਉਸਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਉਹ ਮੌਕੇ ਤੋਂ ਰਫੂ ਚੱਕਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਆਸੇ ਪਾਸੇ ਦੀ CCTV ਤਸਵੀਰਾਂ ਖੰਗਾਲੀਆਂ ਜਾ ਰਹੀਆਂ ਨੇ ਅਤੇ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। 6 ਨੰਬਰ ਮੇਰੇ ਭਰਾ ਦੇ ਗੁਰੂਆਂ ਦੇ ਵਿੱਚ 10:45 ਦਾ ਟਾਈਮ ਸੀ। ਬਸ ਅਸੀਂ ਤਾਂ ਆਉਂਦੇ ਪਏ ਸੀ, ਉਹ ਸਿੱਧਾ ਆਇਆ ਖੜਾ ਕਿਧਰੇ ਅਤੇ ਉਹਨੂੰ ਫੜਾ ਇੱਕ ਝਟਕਾ ਮਾਰਿਆ ਅਤੇ ਪਰਸ ਲੈ ਕੇ ਭੱਜ ਗਿਆ। ਪਰਸ ਵਿੱਚ ਮੋਬਾਈਲ ਸੀ ਅਤੇ ਪੈਸੇ ਹੈਗੇ 5,000 ਰੁਪਇਆ ਸੀ। ਮੈਂ ਉੱਤਰੀ ਭੱਜੋ ਵੱਜਿਆ, ਮੈਨੂੰ ਮੈਂ ਕਿਹਾ ਮੇਰੇ ਪਰਸ ਲੈ ਕੇ ਬੈਠੇ ਦੋ ਕੋਈ ਹੋਰ ਮੁੰਡੇ ਪਿੱਛੇ ਸਕੂਟਰ 'ਤੇ ਆਏ ਨੇ। ਉਹ ਕਹਿੰਦੇ ਆਂਟੀ ਕੀ ਹੋ ਗਿਆ, ਮੈਂ ਕਿਹਾ ਮੇਰਾ ਪਰਸ ਲੈ ਗਿਆ। ਉਹ ਸਾਹਮਣੇ ਭੱਜਿਆ ਜਾਂਦਾ ਸੀ, ਉਹ ਕਹਿੰਦਾ ਮੈਂ ਜਾਂਦਾ ਉਹਦੇ ਮਗਰ ਅਤੇ ਉਹ ਇਹਦਾ ਇੱਕ ਛੋਟਾ ਭਰਾ ਚਲਾਈ ਜਾਂਦਾ, ਕਹਿੰਦਾ ਮੈਂ ਵੱਡਾ ਨਹੀਂ ਮੈਨੂੰ ਦੇ ਮੈਂ ਭੱਜਣਾ। ਉਹ ਭੱਜਿਆ ਮਗਰ ਮੈਂ ਤਾਂ ਅਸੀਂ ਤਾਂ ਆਰਾਮ ਨਾਲ ਜਾਈ ਜਾਂਦੇ ਸੀ। ਰਿਸੀਵਰ ਦੇ ਉੱਤੋਂ ਨਾ ਡੱਕਰ ਉੱਤਰ, ਮੈਂ ਕਿਹਾ ਉਹ ਵੇਖਿਆ ਜੇ ਬਈ ਨਾ ਹੌਲੀ ਕਰ ਲਓ ਵਿੱਚ ਨਾ ਚਲੇ ਜਾਏ ਜੀ। ਉਹਨਾਂ ਨੇ ਜਿਹੜਾ ਗੋਲੀ ਕੀਤਾ ਅਤੇ ਉਹ ਮੈਂ ਤਾਂ ਹੀ ਜੇ ਕੋਈ ਬੈਠੀ ਆਈ ਹਾਂ ਲੈ ਕੇ ਜੋਲੀ ਦੇ ਵਿੱਚ ਫੜਿਆ ਹੱਥ ਤੋਂ ਇੱਕੇ ਦਮ ਉੱਧਰੋਂ ਆਇਆ ਅਸੀਂ ਮਾਰਿਆ ਝਟਕਾ ਅਤੇ ਲੈ ਗਿਆ ਬਸ। ਪਟੇਲ ਪਾਰਕ ਕੋਲ ਜਾ ਰਹੇ ਸੀਗੇ, ਉੱਥੇ ਇੱਕ ਠੀਕ ਹੈ ਬੇਦੀ ਕਰਦੇ ਕੋਲ ਹੀ ਖੱਡੇ ਦੇ ਕੋਲ ਬ੍ਰੇਕ ਲਗਾਈ ਉਹਨਾਂ ਨੇ, ਇਹਨਾਂ ਨੂੰ ਉਹ ਟਾਰਗੇਟ ਬੈਠਾ ਸੀ, ਉਹਨੇ ਹੱਥੋਂ ਨਾਲ ਖੋ ਕੇ ਲੈ ਗਏ। ਮੋਪੜ ਦੇ ਬੈਠੇ ਸੀ, ਅੱਛਾ ਮੋਪੜ ਦੇ ਜਾਂਦੇ ਜਾਂਦੇ ਉਹਨਾਂ ਹੱਥ ਖੋ ਕੇ ਲੈ ਗਏ 12,000 ਰੁਪਏ ਦਾ ਜੀ ਅਤੇ ਨਾਲ ਪੈਸੇ ਵੀ ਸੀ 5,000 ਰੁਪਏ ਪਰਸ ਦੇ ਵਿੱਚ। ਮੈਂ ਪਹਿਲੇ ਹੀ ਖੜਾ ਸੀ ਉੱਥੇ ਖੰਭੇ ਦੇ ਕੋਲ, ਉੱਥੇ ਜਿਵੇਂ ਉਹਨਾਂ ਨੇ ਬ੍ਰੇਕ ਲਗਾਈ ਨਾ ਉਹ ਹੱਥੋਂ ਨਾਲ ਲੈ ਗਏ। ਗਏ ਸੀਗੇ ਲੋਕੇਸ਼ਨ 'ਤੇ ਹੈਗੇ, ਲੋਕੇਸ਼ਨ ਦੇਖੀ ਜਾਂਦੇ ਆ ਕਿ ਥੋੜ੍ਹੇ ਜਿਹੇ ਉੱਧਰ ਸੁਬਾਹ ਦੇਖਾਂਗੇ ਰਾਤ ਹੋ ਜਾਏਗੀ। ਕਾਰਵਾਈ ਹੋਣੀ ਚਾਹੀਦੀ ਜੀ, ਦਿਨ ਦਿਹਾੜੇ ਚਲਦੀ ਲੈ ਗਏ ਆ ਮੇਨ 6 ਨੰਬਰ ਸੜਕ ਪਾਰਕ ਸਾਰੇ ਜਾਂਦੇ ਜਾਂਦੇ 6 ਨੰਬਰ ਸੈਰ ਕਰਨ ਜਾਂਦੇ। ਸਾਡੇ ਕੋਲ ਜਿਹੜਾ ਹੈਗਾ ਆਪਦੇ ਸੋਰਸਿਸ ਤੋਂ ਇੱਕ ਪਤਾ ਲੱਗੇ ਰਾਤ ਇੱਕ ਇੰਸੀਡੈਂਟ ਹੋਇਆ ਜਿਸ ਰਿਗਾਰਡਿੰਗ ਸਾਡੇ ਕੋਲ ਹਜੇ ਤੱਕ ਕੰਪਲੇਂਟ ਨਹੀਂ ਰਿਸੀਵ ਹੋਈ, ਪਰ ਫਿਰ ਵੀ ਜਿਹੜੇ ਹੈਗੇ ਸਾਡੇ ਜਿਹੜੇ ਲੋਕਲ ਆਪਣੇ ਇੰਟੈਲੀਜੈਂਸ ਦੇ ਬੇਸ 'ਤੇ ਵੀ ਅਤੇ ਅਸੀਂ ਉੱਥੋਂ ਦੀ ਵੀਡੀਓ ਫੁਟੇਜ ਵੀ ਕਢਾ ਰਹੇ ਹਾਂ ਅਤੇ ਟੈਕਨੀਕਲ ਵੀ ਜਿਹੜੇ ਹੈਗੇ ਹਰੇਕ ਤਰੀਕੇ ਨਾਲ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਨੂੰ ਲੀਡ ਵੀ ਮਿਲੀ ਹੈ, ਜਲਦੀ ਅਸੀਂ ਇਹਨੂੰ ਟਰੇਸ ਕਰਕੇ ਇਸ 'ਤੇ ਵਰਦੀ ਕਰ ਰਹੇ ਹਾਂ।